मिले। गुरु वाले सन मालक वाहे की अपार बख्शिश रहमत कृपा सी अपनी जीवन यात्रा सफल करते गए। ऐसे गुरसिखा आखिया गुरु जन सवार कह चलिया सची दल कह जाए सचा प्रणाम गुरमुख लाहा लै गए मनमुख चले गुर गवाए चले सब ने जाना है। पहचान तो बाद प्यारी साहब संगत जी मनुख के जीवन का विश्लेषण किया जाता है निर्णय किया जाता है निचोड़ कढ़िया जाता भी मनुख जीवन किस तरह का जीते जीवन परिवार विचों पता लगता है समाज विचों पता लगता है जिहड़ा जीवन ज्यों के हॉबी हैबिट आदत होंदिया ने वह मनुख के जीवन में दर्शाउंदियां तो मालता है उनकी कृपा से बापू जी परिवार प्यार मार के गए समाज में सत्कार लेके गए निरंकार के धरते प्रवान होने वास्ते परमात्मा की बंदगी लेके गए उच्चारण करो सतनाम ये उन्होंने वडप्पण से गुरु कृपा करे सबर सच्चे पातशाह रहमत कर आओ एक पाव शब्द थोड़े समय वास्ते उन्होंने याद सारे मिलकर गहन करिए गुरमुख लाला लै गए मनमुख चले दूर चल रहे।
कुछ आक्षण दिया बादशाह के पाना पर उदा बाल बख्शिश का बड़ा वड्डा घाटा है जदों बजुर्ग चले जाते हैं। हम सारे लड़के अनंत साहब की पावन बाणी के कीर्तन वाली वीडियो प्रंत पातशाह के चरणों में अरदास हो गई है। खालसा जी बोलो जी।
ਬ੍ਰਿਤਸ਼ ਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਰ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਪ੍ਰਥਮ ਸਿੱਖੀ ਦਾ ਈਸ਼ਵਰ ਰਹਿਤਾਨ ਬਰੇਕਦਾਰ ਸਾਰਾ ਭਰੋਸਾਰਾਮ ਦਾਨਾ ਸਰਦਾਰ ਨੂੰ ਰਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਹੋਵੇ ਜੁਗੋ ਜੁਗ ਪਟਾਲ ਧਰਮਕਾ ਜੈਕਾਰ ਗੁਰੂ ਜੀ ਸਿੱਖਾਂ ਦਾ ਮਾਨ ਨੀਵਾਂ ਮੱਤ ਉੱਚੀ ਮੱਤ ਪੱਤੇ ਆ ਕੇ ਆਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੱਤੇ ਸਦਾ ਸਹਾਈ ਦਾ ਤਾਪ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਧਰਮਾਂ ਦੇ ਜਿਹਨਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਜੀ ਪੂਰੇ ਦਰਸ਼ਨ ਜੀ ਦਾ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਪਛੋ ਇਹ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਰ ਸਤਗੁਰ ਸੱਚੇ ਪਾਤਸ਼ਾਹ ਦੇ ਪਾਰ ਕਰਨਾ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਦੇ ਮਹਾਂਵਾਕ ਅਨੁਸਾਰ ਜਿਹਾ ਜੀ ਵੀ ਲਿਖਿਆ ਤਿਹਾ ਹੁਕਮਾ ਜੀ ਇਕੱਲੇ ਆਵੇ ਨਾਨਕਾ ਸਦੇ ਉੱਚੀ ਜਾਏ ਦੇ ਮਹਾਂਵਾਕ ਅਨੁਸਾਰ ਪਾਤਸ਼ਾਹ ਜੀਓ ਆਪ ਦੇ ਘਰ ਦੇ ਸੇਵਕ ਸਰਦਾਰ ਸਾਧੂ ਸਿੰਘ ਜੀ ਪਾਤਸ਼ਾਹ ਜੀ ਆਪ ਜੀ ਦੀ ਦਿੱਤੀ ਹੋਈ ਸਵਾਸਾ ਦੀ ਪੂਰੀ ਨੂੰ ਸਮਾਪਤ ਕਰਦਿਆਂ ਹੋਇਆਂ ਜੀਵਨ ਯਾਤਰਾ ਪੂਰੀ ਕਰਦੇ ਹਾਂ। ਪਾਤਸ਼ਾਹ ਜੀ ਕੋਈ ਦਿਨ ਪਹਿਲਾਂ ਪਰਲੋਕ ਗਮ ਅਕਾਲ ਪੁਰਾਣਾ ਕਰ ਗਏ ਸਨ ਪਾਤਸ਼ਾਹ ਜੀ ਉਹਨਾਂ ਦੀ ਆਤਮਿਕ ਕਲਿਆਣ ਦੇ ਸੰਬੰਧ ਵਿੱਚ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਖੂਬ ਆਸਰਾ ਲੈਂਦਿਆਂ ਹੋਏ ਆਪ ਜੀ ਦੀ ਲੱਭੀ ਬਾਣੀ ਦੇ ਸਹਿਜ ਪਾਠ ਕਰਿਆ ਕਿਰਤ ਕਰਵਾਏ ਸਨ ਜਿਹਨਾਂ ਦੇ ਪਾਤਸ਼ਾਹ ਜੀ ਉਸ ਫੇਰ ਵੇਲੇ ਤੋਰ ਪਏ। ਦੁਪਹਿਰ ਦਾ ਦਿਮਾਗ ਪਾਤਸ਼ਾਹ ਜੀ ਦੀ ਪਾਵ ਪੁੱਤਰ ਅਜੂਰੀ ਅੰਦਰ ਸਰਿਆ ਸਰੇ ਦੀਵਾਨਾਂ ਵਿੱਚ ਕਲਾਹੀ ਪਾਣੀ ਦਾ ਕੀਰਤਨ ਹੋਇਆ। ਪਾਤਸ਼ਾਹ ਜੀ ਗੁਰਮੁਖ ਵਿਚਾਰਾ ਹੋਈਆਂ ਸੰਗਤਾਂ ਨੇ ਹਾਜ਼ਰੀ ਭਰੀ ਮਹਾਰਾਜ ਪਾਵਨ ਪਾਣੀ ਪੜਦਿਆਂ ਪਾਠੀ ਸਿੰਘਾਂ ਤੋਂ ਪਾਤਸ਼ਾਹ ਕੀਰਤਨ ਕਰਦਿਆਂ ਰਾਗੀ ਸਿੰਘਾਂ ਤੋਂ ਸਤਿਗੁਰੂ ਸੰਗਤਾਂ ਤੋਂ ਹਾਜ਼ਰੀ ਭਰਦਿਆਂ ਤੋਂ ਮਹਾਰਾਜ ਆਪਣੀਆਂ ਫੁੱਲਾਂ ਖਿਮਾ ਕਰਦਿਆਂ ਪਾਤਸ਼ਾਹ ਜੀ ਪਰਿਵਾਰ ਕੋਲੋਂ ਸੇਵਾ ਕਰਦਿਆਂ ਤੋਂ ਮਹਾਰਾਜ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਹੋਈਆਂ ਹੋਈਆਂ ਅਣਜਾਣ ਸੇਵਕਾਂ ਤੋਂ ਖਿਮਾ ਕਰਨੀਆਂ ਅੱਗੇ ਤੋਂ ਸਮਰਥ ਪਛਮੀ ਪਾਤਸ਼ਾਹ ਜੀ ਉਹ ਬੜੀ ਸੁਣੀ ਬਾਣੀ ਦੇ ਭਾਵ ਪਿਛਲੀ ਆਤਮਾ ਨੂੰ ਬਖਸ਼ਿਸ਼ ਕਰਦੇ ਮਹਾਰਾਜ ਪਿਛਲੀ ਆਤਮਾ ਨੂੰ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਸੱਤੇ ਪ੍ਰਵਾਨ ਕਰਨੀ ਗਾਵਿਆ ਸੁਣਿਆ ਥਾਏ ਪਾਉਣਾ ਮਹਾਰਾਜ ਚਲ ਪਰ ਭੇਟਾਵਾਂ ਦਾ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਉਹ ਗਰੀਬ ਵਾਰ ਸਤਿਗੁਰੂ ਆਪ ਜੀ ਦੀਆਂ ਬਖਸ਼ਣੀਆਂ ਦਾਤਾਂ ਟੁਕੜਾ ਪ੍ਰਸ਼ਾਦ ਦੀ ਦੇਖ ਸਕਦੀ ਆਪ ਜੀ ਦੇ ਜੀਵ ਹਾਜ਼ਰਾਂ ਦਾ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਗੁਰਤਾਉਣ ਦੀ ਆ ਗਿਆ ਬਖਸ਼ਣੀ ਮਹਾਰਾਜ ਕਿਰਪਾ ਕਰੋ ਪਾਪ ਬਖਸ਼ੋ ਆਏ ਸਤਿਗੁਰੂ ਕਿਰਪਾਲ ਕਰੋ ਜੀ ਸਹੀ ਪਿਆਰੇ ਮੇਲ ਜਿਹਨਾਂ ਬੋਲਿਆ ਤੇਰਾ ਨਾਮ ਚੰਦ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸ਼ਬਦ ਨਾਮ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀਤ ਸਤਿਖੰਡ ਕੋ ਹੁਕਮ ਹੈ ਗ੍ਰੰਥ ਸਾਹਿਬ।
ਸਾਹਿਬ ਸਭ ਸਿੰਘ ਜੀ ਗੜੀਆਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਗੁਰੂ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਹਾ ਜਿਨੀ ਵਿਖਿਆ ਦੇਹਾ ਕੁਮਾਰੀ ਕੱਲੇ ਆਵੇ ਨਾਨਕਾ ਸਦੇ ਹੋ ਜਾਏ ਦੇ ਮਹਾਂਬਾਗ ਅਨੁਸਾਰ ਅੱਜ ਅਸੀਂ ਸਾਡੇ ਸਤਿਕਾਰ ਤੋਂ ਸਾਧੂ ਸਿੰਘ ਦੀ ਰਲੀਆਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ, ਜੋ ਕਿ ਸਾਨੂੰ ਪਿਛਲੇ ਕੁਝ ਦਿਨਾਂ ਤੋਂ ਸਰੀਰੀ ਵਿਛੋੜਾ ਦੇ ਗਏ ਸੀ। ਜਿੱਥੋਂ ਤੱਕ ਸਰਕਾਰ ਤੋਂ ਸਾਧੂ ਸਿੰਘ ਰਣੀਆ ਜੀ ਦੀ ਜੀਵਨ ਦੀ ਗੱਲ ਹੈ, ਉਹਨਾਂ ਦਾ ਜਨਮ ਅੱਜ ਤੋਂ ਲਗਭਗ 93 ਸਾਲ ਪਹਿਲਾਂ ਇੰਦਗੜ੍ਹ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਰਜਿੰਦਰ ਸਿੰਘ, ਮਾਤਾ ਜੀ ਦਾ ਨਾਂ ਤੇਜ ਕੌਰ ਸੀ। ਇੱਕ ਸਧਾਰਨ ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਉਹਨਾਂ ਦੀ ਕਰਮ ਭੂਮੀ ਪਿੰਡ ਰਣੀਆ ਸੀ, ਉੱਥੇ ਉਹਨਾਂ ਨੇ ਆਪਣਾ ਕੰਮਕਾਰ ਕੀਤਾ। ਬਹੁਤ ਸਖ਼ਤ ਮਿਹਨਤ ਵਾਲੇ ਇਨਸਾਨ ਸਨ। ਉਹਨਾਂ ਦੇ ਦੋ ਬੇਟੀਆਂ ਅਤੇ ਦੋ ਬੇਟੇ ਜਗਦੇਵ ਸਿੰਘ ਜੀ ਅਤੇ ਦਰਬਾਰ ਸਿੰਘ ਜੀ ਹਨ। ਭਾਵੇਂ ਕਿ ਸਰਦਾਰ ਸਾਹਿਬ ਸਿੰਘ ਨੇ ਆਪ ਅੱਖਰ ਵਿੱਦਿਆ ਪ੍ਰਾਪਤ ਨਹੀਂ ਕੀਤੀ, ਪ੍ਰੰਤੂ ਅੱਖਰ ਗਿਆਰਾਂ ਉਹਨਾਂ ਨੇ ਮਾਤਾ ਤੇਜ ਰਾਮ ਜੀ ਰਾਮ ਦੀ ਰਣੀਆਂ ਜਿਹੜੇ ਉਹਨਾਂ ਤੋਂ ਪ੍ਰਾਪਤ ਕੀਤਾ। ਸਕੂਲੀ ਵਿੱਦਿਆ ਭਾਵੇਂ ਕੋਈ ਨਹੀਂ ਪ੍ਰਾਪਤ ਕੀਤੀ, ਪਰ ਆਪਣੇ ਬੱਚਿਆਂ ਨੂੰ ਉਹਨਾਂ ਨੇ ਬਹੁਤ ਕੁਛ ਤਰੀਮ ਦਵਾਈ ਅਤੇ ਉਹਨਾਂ ਦੇ ਵੱਡੇ ਬੇਟੇ ਜਗਦੇਵ ਸਿੰਘ ਜੀ ਪਹਿਲਾਂ ਐਜ ਏ ਮੈਥ ਮਾਸਟਰ ਕੰਮ ਕਰਦੇ ਸੀ ਅਤੇ ਅੱਜ ਕੱਲ੍ਹ ਉਹ ਐਜ ਏ ਮਾਸਟਰ ਸਰਕਾਰੀ ਹਾਈ ਸਕੂਲ ਕੰਮ ਕਰ ਰਹੇ ਹਨ। ਅਤੇ ਛੋਟੇ ਬੇਟੇ ਦਰਬਾਰ ਸਿੰਘ ਜੀ ਵੀ BSN ਵਿੱਚ SDO ਦੇ ਅਹੁਦੇ 'ਤੇ ਕੰਮ ਕਰ ਰਹੇ ਹੈ। ਇਸ ਤੋਂ ਇਲਾਵਾ ਉਹਨਾਂ ਦੀ ਬੇਟੀਆਂ ਵੀ ਆਪਾਂ ਨੂੰ ਚੰਗੀ ਤਰੀਮ ਦਵਾਈ, ਉਹਨਾਂ ਦੇ ਪੋਤੇ ਪੋਤੀਆਂ ਉਹ ਵੀ ਚੰਗੇ ਹੈ, ਪੌਦਿਆਂ 'ਤੇ ਚੰਗੀ ਤਰੀਮ ਲੈ ਕੇ ਕੰਮ ਕਰ ਰਿਹਾ। ਇੱਥੋਂ ਤੱਕ ਇਹਨਾਂ ਦੀ ਸਮਾਜਿਕ ਜੀਵਨ ਦੀ ਗੱਲ ਸੀ, ਅਨਪੜ੍ਹ ਹੋਣ ਦੇ ਨਾਲ ਅੱਖਰ ਵਿੱਦਿਆ ਪ੍ਰਾਪਤ ਕਰਨ ਦੇ ਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਕਿੱਤਾ ਕਿੱਤਾ ਪੱਖੀ ਕਿੱਤਾ ਦਾਦੀਆਂ ਬਰਾਉਣ ਦਾ ਕਿੱਤਾ ਅਪਣਾਇਆ। ਨਾਲ ਸਮਾਜ ਸੇਵਾ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਪਾਇਆ, ਜਿੱਥੇ ਪਿੰਡ ਲੈਵਲ 'ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਰਹੇ, ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਵੀ ਰਹੇ। ਉਹਨਾਂ ਨੇ ਜਿੱਥੇ ਧਾਰਮਿਕ ਪੱਖਾਂ ਵਿੱਚ ਕੰਮ ਕੀਤਾ, ਉਹਨਾਂ ਨੇ ਸਮਾਜ ਦੇ ਵਿੱਚ ਵੀ ਬਹੁਤ ਸਾਰਾ ਯੋਗਦਾਨ ਪਾਇਆ। ਇਸ ਸਮੇਂ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਵਿੱਚ ਪਹੁੰਚੀਆਂ ਨੇ, ਕੁਝ ਸੰਸਥਾਵਾਂ ਦੇ ਸ਼ੋਭਮਤੀ ਵੀ ਆਏ ਆ, ਜਿਹਨਾਂ ਵਿੱਚ ਸਭ ਤੋਂ ਪਹਿਲਾਂ ਡਾਕਟਰ ਹਰਜੋਤ ਕਮਲ ਜੀ MLA ਮੋਗਾ, ਉਹਨਾਂ ਵੱਲੋਂ ਸ਼ਲੋਕ ਸੰਦੇਸ਼ ਆਇਆ। ਅਧਿਆਪਕਾਂ ਨੂੰ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਸ਼ਲੋਕ ਸੰਦੇਸ਼ ਆਇਆ। ਪ੍ਰਿੰਸੀਪਲ ਹਰਜੀਤ ਸਿੰਘ ਮਾੜੂਕੇ ਦੇ ਸਮੂਹ ਸਟਾਫ, ਉਹਨਾਂ ਵੱਲੋਂ ਪ੍ਰਿੰਸੀਪਲ ਹਰਜਿੰਦਰਜੀਤ ਸਿੰਘ ਜੀ ਅਤੇ ਸਮੂਹ ਸਟਾਫ ਪਤੋਹੀਆ ਸਿੰਘ, ਉਹਨਾਂ ਵੱਲੋਂ ਸ਼ਲੋਕ ਸੰਦੇਸ਼ ਆਇਆ। ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂਕੇ, ਸਰਕਾਰੀ ਹਾਈ ਸਕੂਲ ਖਾਈ ਅਤੇ ਸਰਕਾਰੀ ਹਾਈ ਸਕੂਲ ਕੋਟੇ, ਉਹਨਾਂ ਵੱਲੋਂ ਸ਼ੋਕ ਸੰਦੇਸ਼ ਆਇਆ। ਇਸ ਤੋਂ ਇਲਾਵਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ, ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ। ਇਸ ਸਮੇਂ ਦੇ ਬਹੁਤ ਸਾਰੇ ਬੁਲਾਰੇ, ਸਾਡੇ ਵੱਖ ਵੱਖ ਸਮਾਜਿਕ ਅਧਿਆਪਕ ਜਥੇਬੰਦੀਆਂ ਦੇ ਪਹੁੰਚੇ ਨੇ। ਸੋ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਅਜੀਤਪਾਲ ਸਿੰਘ ਦੀ ਰਣੀਆਂ, ਸਰਪੰਚ ਪਿੰਡ ਰਣੀਆਂ, ਉਹ ਆ ਕੇ ਬਾਬੂ ਸਾਹਿਬ ਸਿੰਘ ਨੂੰ ਆਪਣੇ ਸ਼ਰਧਾ ਦੇ ਮੁੱਲ ਭੇਟ ਕਰਨ। ਅਜੀਤਪਾਲ ਸਿੰਘ ਦੀ ਰਣੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਦੌਰ ਦੇ ਵਿੱਚ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਆਪਦੇ ਨਿੱਜੀ ਪਰਿਵਾਰ, ਬਹੁਤ ਹੀ ਸਤਿਕਾਰਯੋਗ ਸਰਦਾਰ ਸਾਧੂ ਸਿੰਘ ਜੀ, ਉਹਨਾਂ ਨੂੰ ਆਪਣੀ ਸ਼ਰਧਾ ਭੇਟ ਕਰਨ ਲਈ ਹੋਈ ਪਰਮ ਸਤਿਕਾਰ ਜੋ ਗੁਰੂ ਰੂਪ ਸਾਹਿਬ ਸੰਗਤ ਜੀ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਜਾ ਰੰਗ ਨਾ ਤੋ ਰਹੇ ਰੰਗ ਨਾ ਤੰਬ ਫਕੀਰ, ਵਾਰੀ ਅੰਬੋ ਆਪਣੀ ਕੋਈ ਨਾ ਬੰਦੇ ਧੀਰ। ਗੁਰੂ ਮਹਾਰਾਜ ਜੀ ਦੇ ਵਾਕ ਅਨੁਸਾਰ ਅੱਜ ਬਹੁਤ ਹੀ ਸਤਿਕਾਰਯੋਗ ਸਰਦਾਰ ਸਾਧੂ ਸਿੰਘ ਜੀ ਜੋ ਆਪਣੇ ਵਿੱਚ ਲੈ ਗਏ, ਆਪਾਂ ਸਾਰੇ ਹੀ ਉਹਨਾਂ ਪ੍ਰਤੀ ਆਪਣੀ ਸ਼ਰਧਾ ਭੇਟ ਕਰ ਰਹੇ ਹਾਂ। ਮੌਤ ਜੋ ਵੱਡਾ ਸੱਚਾਈ ਹੈ ਜੋ ਹਰ ਇਨਸਾਨ 'ਤੇ ਆਉਣੀ ਹੈ, ਆਪਣੀ ਵਾਰੀ ਦੇ ਮੁਤਾਬਕ ਹਰ ਇਨਸਾਨ ਨੂੰ ਇਸ ਦੁਨੀਆਂ ਤੋਂ ਜਾਣਾ ਪੈਂਦਾ। ਜਿੱਥੋਂ ਤੀਕਰ ਸੈਕਟਰੀ ਸਾਹਿਬ ਨੇ ਵੀ ਦੱਸਿਆ, ਕਿਉਂਕਿ ਸਾਡਾ ਆਪਦਾ ਸਾਡੇ ਨਗਰ ਦਾ ਇੱਕ ਇਹ ਨਾਮਵਰ ਪਰਿਵਾਰ ਹੈ, ਸਰਦਾਰ ਸਾਧੂ ਸਿੰਘ ਜੀ ਨੇ ਬੜੀ ਸਖ਼ਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇੱਕ ਵਧੀਆ ਨੀਹਾਂ 'ਤੇ ਤੋਰਿਆ।
ਬੜੀ ਸਖ਼ਤ ਮਿਹਨਤ ਕਰਕੇ ਹੁਣ ਸਰਦਾਰ ਜਗਦੇਵ ਸਿੰਘ ਜੀ ਹੈ, ਦੋਨੇ ਭਾਈ ਹੈ, ਇਹਨਾਂ ਨੂੰ ਸਾਰੇ ਹੀ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿੰਨੇ ਮਿਲ ਵਰਤਣ ਵਾਲੇ ਅਤੇ ਕਿੰਨੇ ਮਿਹਨਤੀ ਇਹ ਇਨਸਾਨ ਹੈ, ਜੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਆਪਾਂ ਸਾਰੇ ਇਹਨਾਂ ਨਾਲ ਵਰਤਦੇ ਹਾਂ। ਬਹੁਤ ਹੀ ਇੱਕ ਸਾਡੇ ਨਗਰ ਦਾ ਜਿਵੇਂ ਸਿੰਘ ਜੀ ਸਾਹਿਬ ਨੇ ਦੱਸਿਆ ਨਾਮਵਰ ਪਰਿਵਾਰ ਹੈ, ਨਗਰ ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਯੋਗਦਾਨ ਹੈ, ਜੋ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਵਧੀਆ ਕੰਮ ਸਮੇਂ ਸਿਰ ਆਪਦੇ ਕੰਮ ਕਰਾਏ ਆ। ਮੈਂ ਆਪਣੇ ਵੱਲੋਂ, ਸਮੁੱਚੀ ਗ੍ਰਾਮ ਪੰਚਾਇਤ ਰਣੀਆਂ ਵੱਲੋਂ, ਸਾਡੇ ਸਮੁੱਚੇ ਰਣੀਆਂ ਗਿਰ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਉਸ ਕਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਤੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਿੱਛੇ ਪਰਿਵਾਰ ਨੂੰ ਆਪਾਂ ਨੂੰ ਸਾਰਿਆਂ ਨੂੰ ਭਾਣਾ ਮਾਤਾ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਾਜ਼ਰ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਾਧੂ ਸਿੰਘ ਜੀ, ਜਿਹੜੇ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕੇ ਗਏ ਨੇ, ਉਹਨਾਂ ਨੂੰ ਅੱਜ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਏ ਹਾਂ। ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣੇ ਬਣਦੇ ਨੇ, ਕਿਉਂਕਿ ਜਿਸ ਤਰ੍ਹਾਂ ਰਾਗੀ ਸਾਹਿਬਾਨਾਂ ਨੇ ਕੀਰਤਨ ਕਰਦਿਆਂ ਦੱਸਿਆ ਸੀ ਕਿ ਉਸ ਪਰਮਾਤਮਾ ਵੱਲੋਂ ਹੀ ਬੰਦੇ ਦਾ ਨਾਮ ਰੱਖਿਆ ਜਾਂਦਾ ਹੈ। ਇਹਨਾਂ ਦਾ ਨਾਮ ਸਾਧੂ ਸਿੰਘ ਰੱਖਿਆ ਗਿਆ ਸੀ, ਸਾਧੂ ਸੁਭਾਅ ਦੇ ਸਨ, ਉਸ ਪਰਮਾਤਮਾ ਦੇ ਲੜ ਲੱਗੇ ਸਨ, ਹੱਥਾਂ ਦੀ ਕਿਰਤ ਕਮਾਈ ਕਰਨ ਵਾਲੇ ਸਨ, ਇਸੇ ਕਰਕੇ ਹੀ ਇਹਨਾਂ ਨੂੰ ਰੰਗ ਭਾਗ ਲੱਗੇ ਨੇ। ਰੰਗ ਭਾਗ ਵੀ ਉਹਨਾਂ ਬੰਦਿਆਂ ਨੂੰ ਲੱਗਦੇ ਨੇ ਜਿਹੜੇ ਰੱਬ ਘਰ ਨਾਲ ਜੁੜੇ ਹੁੰਦੇ ਨੇ ਤੇ ਹੱਥੀ ਮਿਹਨਤ ਕਰਦੇ ਨੇ। ਔਰ ਜਿਹੜਾ ਵੀ ਇਨਸਾਨ ਇਸ ਦੁਨੀਆਂ ਤੇ ਆਇਆ ਉਹਨੇ ਜਾਣਾ, ਜਨਮ ਲੈਣ ਵੇਲੇ ਹੀ ਲਿਖ ਦਿੱਤਾ ਜਾਂਦਾ। ਜਿਸ ਤਰ੍ਹਾਂ ਅੱਜ ਆਪਾਂ ਬਹੁਤ ਸਾਰੇ ਇੰਪਲਾਈਜ਼ ਹੈ, ਜਦੋਂ ਕਿਸੇ ਡਿਪਾਰਟਮੈਂਟ ਵਿੱਚ ਭਰਤੀ ਹੁੰਦੇ ਆ ਨਾ, ਜਿਸ ਦਿਨ ਭਰਤੀ ਹੁੰਦੇ ਉਸ ਦਿਨ ਰਿਟਾਇਰਮੈਂਟ ਦੀ, ਸੇਵਾ ਮੁਕਤ ਹੋਣ ਦੀ ਮਿਤੀ ਵੀ ਲਿਖ ਦਿੱਤੀ ਜਾਂਦੀ ਸਰਵ ਸਲੋਕ ਵਿੱਚ। ਪਰ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੀ ਸਰਵ ਸਲੋਕ ਹੈ, ਉਸ ਸਰਵ ਸਲੋਕ ਵਿੱਚ ਜੋ ਲਿਖਿਆ ਹੁੰਦਾ ਮੇਰੇ ਮਾਲਕ ਨੂੰ ਹੀ ਪਤਾ। ਜਿੰਨਾ ਚਿਰ ਅਸੀਂ ਜਿਉਣਾ, ਕੀ ਖਾਣਾ, ਕੀ ਪੀਣਾ, ਕਿੱਥੇ ਰਹਿਣਾ, ਕੀ ਕਰਨਾ, ਉਹ ਸਾਰਾ ਉਸ ਪਰਮਾਤਮਾ ਦੇ ਹੱਥ ਵਸ ਹੁੰਦਾ ਹੈ। ਬੜੀ ਅੱਛੀ ਜ਼ਿੰਦਗੀ ਬਤੀਤ ਕਰਕੇ ਗਏ ਨੇ ਬੇਸ਼ੱਕ ਬਜ਼ੁਰਗ ਸਰਦਾਰ ਸਾਧੂ ਸਿੰਘ ਜੀ, ਇਹਨਾਂ ਦੀ ਧਰਮ ਪਤਨੀ ਬੜਾ ਲੰਬਾ ਸਮਾਂ ਪਹਿਲਾਂ ਸਾਥ ਛੱਡ ਗਏ, ਪਰ ਇਹਨਾਂ ਨੇ ਆਪਣੇ ਬੱਚਿਆਂ ਨੂੰ ਮਾਂ ਵਾਲਾ ਪਿਆਰ ਨਹੀਂ ਦਿੱਤਾ ਤੇ ਬਾਪ ਵਾਲਾ ਪਿਆਰ ਨਹੀਂ ਦਿੱਤਾ। ਚੰਦ ਬੰਦੇ ਹੁੰਦੇ ਨੇ ਬੜੇ ਭਾਗਾਂ ਵਾਲੇ ਬੰਦੇ ਹੁੰਦੇ ਨੇ, ਔਰ ਮਾਪਿਆਂ ਦੀ ਲੋੜ ਤਾਂ ਹਮੇਸ਼ਾ ਹੀ ਪਰਿਵਾਰਾਂ ਵਿੱਚ ਰਹਿੰਦੀ ਹੈ, ਸਾਰੀ ਜ਼ਿੰਦਗੀ ਬੱਚਿਆਂ ਨੂੰ ਲੋੜ ਰਹਿੰਦੀ ਹੈ। ਸੋ ਮੇਰੀ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਇਹਨਾਂ ਕੋਲੋਂ ਸਾਨੂੰ ਅੱਜ ਕੁਝ ਨਾ ਕੁਝ ਸਿੱਖ ਕੇ ਜਾਣਾ ਚਾਹੀਦਾ। ਇਹਨਾਂ ਨੇ ਹੱਥੀ ਮਿਹਨਤ ਕੀਤੀ, ਗੁਰੂ ਘਰ ਨਾਲ ਜੁੜੇ, 93 ਸਾਲ ਦੀ ਉਮਰ ਭੋਗ ਕੇ ਗਏ ਨੇ ਇਸ ਸੰਸਾਰ ਤੋਂ। ਇੰਨੀ ਲੰਬੀ ਆਯੂ, ਬਿਲਕੁਲ ਬਿਮਾਰ ਨਹੀਂ ਹੋਏ, ਸਿਰਫ ਜਗਦੇਵ ਜੀ ਨੇ ਦੱਸਿਆ ਕਿ 1-2 ਦਿਨ ਬਿਮਾਰ ਹੋਏ ਨੇ, 1-2 ਦਿਨ। ਇਹ ਸਾਰੀ ਤੁਹਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ, ਚੰਗੇ ਪਰਿਵਾਰਾਂ ਦੀ ਨਿਸ਼ਾਨੀ ਹੈ। ਇਹਨਾਂ ਨੇ ਆਪਣੇ ਹੱਥੀ ਆਪਣੇ ਬੇਟੇ, ਆਪਣੀਆਂ ਬੇਟੀਆਂ, ਆਪਣਾ ਪੋਤਾ, ਉਹਨਾਂ ਦੇ ਵਿਆਹ ਦੇਖੇ ਨੇ, ਔਰ ਦੋਤੀ ਤੋਂ ਅੱਗੇ ਪੜਦੋਤੀ ਵੀ ਦੇਖੀ ਹੈ ਕਿੰਨੇ ਭਾਗਾਂ ਵਾਲੇ ਨੇ। ਇਸ ਕਰਕੇ ਇਹਨਾਂ ਕੋਲੋਂ ਸਿੱਖਣਾ ਚਾਹੀਦਾ ਸਾਨੂੰ। ਇਹ ਇੱਕ ਬਹੁਤ ਵੱਡਾ ਅੱਜ ਸਾਨੂੰ ਸਬਕ ਦੇ ਕੇ ਗਏ ਨੇ ਕਿ ਅਸੀਂ ਵੀ ਪੜ੍ਹਨ ਕਰੀਏ ਜ਼ਿੰਦਗੀ 'ਚ, ਕਿ ਇਹਨਾਂ ਵਰਗੀ ਜ਼ਿੰਦਗੀ ਜਿਉਣੀ ਸਿੱਖੀਏ। ਔਰ ਅਖੀਰ ਵਿੱਚ ਮੈਂ ਤਾਂ ਇਹੀ ਗੱਲ ਕਹੂੰਗਾ, ਕਦੇ ਕਿਸੇ ਦੇ ਘਰੇ ਪਵੇ ਨਾ ਥੋੜ ਬਜ਼ੁਰਗਾਂ ਦੀ, ਕਦੇ ਕਿਸੇ ਦੇ ਘਰੇ ਪਵੇ ਨਾ ਥੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਦਾਤਾ ਬੜੀ ਆ ਲੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਦਾਤਾ ਬੜੀ ਆ ਲੋੜ ਬਜ਼ੁਰਗਾਂ ਦੀ। ਜਿੱਥੇ ਹੋਣ ਬਜ਼ੁਰਗ ਲੋੜ ਨਹੀਂ ਉੱਥੇ ਜਿੰਦਿਆਂ ਦੀ, ਜਿੱਥੇ ਹੋਣ ਬਜ਼ੁਰਗ ਲੋੜ ਨਹੀਂ ਉੱਥੇ ਜਿੰਦਿਆਂ ਦੀ, ਜੀਭ ਨਹੀਂ ਥੱਕਦੀ ਹਰ ਵੇਲੇ ਸਾਨੂੰ ਸੀਸਾਂ ਦਿੰਦਿਆਂ ਦੀ। ਜਿਨ੍ਹਾਂ ਦੇ ਘਰਾਂ ਵਿੱਚ ਮਾਪੇ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਿਹਾ, ਜਿਨ੍ਹਾਂ ਦੇ ਘਰ ਵਿੱਚ ਮਾਪੇ ਨੇ, ਕਿਤੇ ਜਾਣ ਦੀ ਲੋੜ ਨਹੀਂ।
सारा कुछ कर रहा है। मापिया की सेवा करो, जब तुसी घरे जाते हो अगर तुसी मापिया की सेवा करते हो तो मापे तुहानू आशीर्वाद देंदे ने, तुहाडे वास्ते सौ सौ सुखा मंगदे ने। उन्हां दी मंगी हुई सुख गुरु घर चो कदे खाली नहीं मुड़ती, तुहाडे मापिया की मंगी सुख। जिंदगी का इको एक रस्ता है, इको एक मंजिल है कामयाब होने वास्ते, वो की है कि अपने मापिया की सेवा करनी, समाज की सेवा करनी। जिस तरह उन्हां दा बेटा मेरा वीर जगदेव, क्योंकि मेरा इन्हां नाल बहुत प्यार है, मैं डीसी ऑफिस दे विच जॉब करदा, मेरी पोस्टिंग इस दिन दा ऑफिस च हरिहाल सिंह वाले, साडे नाल इन्ना प्यार है। जदों भी इलैक्शन हुंदा है, जदों भी डिपार्टमेंट दे विच कोई भी काम हुंदा है, चाहे मर्दमशुमारी होवे चाहे इलैक्शन होवे, तां जगदेव सर साडे हैड हुंदे ने और साडे नाल बहुत काम करदे ने। बड़ा प्यार है इन्हां नूं काम करन दा। ये जिहड़ियां चंगीआं निशानीआं ने ਇਹ ਪਰਿਵਾਰਾਂ ਵਿੱਚੋਂ ਮਿਲਦੀਆਂ ਨੇ। ਮੈਂ ਅਰਦਾਸ ਕਰਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਗੁਰੂ ਨਾਨਕ ਪਾਤਸ਼ਾਹ ਇਸ ਪਰਿਵਾਰ ਤੇ ਕਿਰਪਾ ਕਰਨ, ਇਹ ਭਰਾਵਾਂ ਤੇ ਕਿਰਪਾ ਕਰਨ, ਇਹਨਾਂ ਦੀਆਂ ਬੇਟੀਆਂ ਤੇ ਕਿਰਪਾ ਹੋਵੇ, ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਗੁਰੂ ਨਾਨਕ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ, ਤੰਦਰੁਸਤੀ ਬਖਸ਼ਣ ਪਰਿਵਾਰਾਂ ਨੂੰ। ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਾਜੋ ਦਸਾਂ ਪਾਤਸ਼ਾਹਾਂ ਦੀ ਆਤਮ ਜੋ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅੱਜ ਸਾਡੇ ਬਹੁਤ ਹੀ ਸਤਾਜੋ ਬਜ਼ੁਰਗ ਬਾਪੂ ਸਾਧੂ ਸਿੰਘ ਜੀ ਸਾਹਮਣੇ ਰਹੀਆਂ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖਾਂ ਜਾ ਕਰਨ ਪਹੁੰਚੀ ਸਮੁੱਚੀ ਸਾਧ ਸੰਗਤ ਜੀ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦਾ ਵਾਕ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮੰਨਿਆ, ਜੋ ਉਪਜੈ ਸੋ ਵਿਣਸ ਹੈ, ਜੋ ਆਇਆ ਸੋ ਚਮਸੀ, ਸਭ ਕੁਝ ਵਾਰੀ ਹੈ। ਤੋ ਸਾਡੇ ਸਤਾਰਯੋਗ ਬਾਪੂ ਜੀ ਉਹ ਵੀ ਆਪਣੀ ਵਾਰੀ ਅਨੁਸਾਰ ਇਹ ਸੰਸਾਰ ਦੇ ਉੱਪਰ ਪਹਿਲਾਂ ਆਏ ਅਤੇ ਪਰਮਾਤਮਾ ਦੁਆਰਾ ਦਿੱਤੇ ਗਏ ਕਾਰਜ ਪੂਰੇ ਕਰਦੇ ਹੋਏ, ਸਮਾਜਿਕ ਕਾਰਜ ਪੂਰੇ ਕਰਦੇ ਹੋਏ ਇਹ ਸੰਸਾਰ ਚਲੇ ਗਏ। ਮੈਥੋਂ ਪਹਿਲਾਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਹੈ, ਬਾਪੂ ਦੀ ਜ਼ਿੰਦਗੀ ਬਾਰੇ ਜ਼ਿਕਰ ਕੀਤਾ ਕਿ ਬਹੁਤ ਹੀ ਧਾਰਮਿਕ ਖਿਆਲਾਂ ਦੇ ਇਨਸਾਨ ਸਨ ਅਤੇ ਵੱਖ ਵੱਖ ਬੁਲਾਰੇ ਨੇ ਵੀ ਉਹਨਾਂ ਦੀ ਸਮਾਜਿਕ ਜ਼ਿੰਦਗੀ 'ਤੇ, ਉਹਨਾਂ ਦੀ ਪਰਿਵਾਰਕ ਜ਼ਿੰਦਗੀ 'ਤੇ ਸਾਡੇ ਨਾਲ ਸਾਂਝ ਪਾਈ ਹੈ। ਅਜਿਹੇ ਮੌਕੇ ਹੀ ਹੁੰਦੇ ਹੈ ਜਦੋਂ ਕਿ ਅਸੀਂ ਜਾਣ ਵਾਲੇ ਜੀਵ ਇਨਸਾਨ ਉਹਨਾਂ ਦੇ ਜੀਵਨ ਦੇ ਉੱਤੇ ਵਿਚਾਰ ਕਰਦੇ ਹਾਂ, ਜਿੱਥੋਂ ਸਾਨੂੰ ਸੇਧ ਮਿਲਦੀ ਹੈ ਕਿ ਇੱਕ ਨਾ ਇੱਕ ਦਿਨ ਇਹ ਸੰਸਾਰ ਨੂੰ ਅਸੀਂ ਵੀ ਜਾਣਾ ਹੈ ਅਤੇ ਬਸ ਲੋੜ ਇਸ ਗੱਲ ਦੀ ਹੈ ਕਿ ਅਸੀਂ ਵੀ ਆਪਣੀ ਜੋ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ ਉਹ ਵੀ ਆਪਣੀ ਸਹੀ ਢੰਗ ਨਾਲ ਨਿਭਾ ਕੇ ਜਾਈਏ। ਸੋ ਬਾਪੂ ਜੀ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਹੈ, ਪਰਿਵਾਰ ਦੇ ਸਰਪ੍ਰਸਤ ਹੁੰਦੇ ਹੈ, ਜਿਵੇਂ ਕਹਿੰਦੇ ਪਿਤਾ ਇੱਕ ਸੂਰਜ ਵਾਂਗ ਆਪਣੇ ਪਰਿਵਾਰ ਦੀ ਦੇਖਭਾਲ ਕਰਦਾ ਹੈ। ਸੋ ਮੈਂ ਬਹੁਤ ਸਮਾਂ ਨਾਲ ਲੈਂਦਾ ਹੋਇਆ ਸਾਡੇ ਵੱਡੇ ਵੀਰਤਾ ਜਗਦੇਵ ਸਿੰਘ ਜੀ ਜੋ ਇੱਕ ਅਧਿਆਪਕ ਹੋਣ ਦੇ ਨਾਲ ਨਾਲ ਅਧਿਆਪਕ ਹਿੱਤਾਂ ਦੇ ਨਾਲ ਵੀ ਹਮੇਸ਼ਾ ਜੁੜੇ ਰਹੇ ਹੈ ਅਤੇ ਅਧਿਆਪਕ ਦਾ ਪੰਜਾਬ ਦੇ ਅੱਜ ਵੀ ਇਹ ਬਲੋਕ ਨਿਹਾਲ ਸਿੰਘ ਵਾਲਾ ਦੇ ਸੀਨੀਅਰ ਵਿੱਚ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਇਹਨਾਂ ਸਿਰ 'ਤੇ ਅਤੇ ਹਮੇਸ਼ਾ ਦੀ ਜਦੋਂ ਵੀ ਇਹ ਕਿਤੇ ਲੋੜ ਪੈਂਦੀ ਹੈ ਚਾਹੇ ਅਧਿਆਪਕ ਹਿੱਤਾਂ ਨਾਲ ਸੰਬੰਧਿਤ ਕੋਈ ਵੀ ਹੋਵੇ ਇਹ ਹੱਡਣ ਅੱਗੇ ਹੋ ਕੇ ਖੜਦੇ ਹੈ। ਸੋ ਮੈਂ ਅਧਿਆਪਕ ਦਾ ਪੰਜਾਬ ਵੱਲੋਂ ਅੱਜ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਸਰਕਾਰ ਜੋ ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਕਰੋ ਅਤੇ ਅੱਜ ਮੇਰੇ ਆਪਣੇ ਇਸ ਪਰਿਵਾਰ ਜਗਦੇਵ ਸਿੰਘ ਜੀ ਸਰ ਸਾਧੂ ਸਿੰਘ ਜੀ
मैं भी इन्हों का एक परिवार मैंबर होने के बराबर हाँ। अज इन्हों की अंतम अरदास बहुत सारी संगत हाजिर है। पिछले कुछ दिनों तो बापू जी निमित्त सहज पाठा के भोग उन्होंने जाप किए गए, भोग पाए गए। इस सुबह रागी सिंह ने कीर्तन किए तो मैं भाटी सिंह का रागी सिंह का बहुत बहुत धन्यवाद करना। इस तो बिना इस परिवार के नाल हमदर्दी रखने वाले इस प्यार के मित्र प्यारे होर सारे रिश्तेदार भी सारे अज बापू जी की अरदास अंतम अरदास में शामिल हुए हैं। तो मैं सारे आए सज्जनों का परिवार वालों धन्यवाद करता। इस परिवार वालों बापू जी के निमित्त कुछ संस्थावां जो दान किया गया है मैं उन्हां दा जिक्र करता। उन्हां संस्थावां दे मुखी साहिबान जां कोई मैंबर साहिबान जां कोई जिम्मेवार सज्जन वो आगे अपना दान प्राप्त कर लैन। जे कुछ